ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਚੈਨਲ YouTube ਫਾਰਮਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੌਸਮ ਦੀ ਤਾਜ਼ਾ ਅਪਡੇਟ ਕਿਸਾਨ ਵੀਰਾਂ ਲਈ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ 11 ਮਾਰਚ ਨੂੰ ਜਿਹੜਾ ਦੁਪਹਿਰ ਤੋਂ ਲੈ ਕੇ ਰਾਤ ਤੱਕ ਦਾ ਸਮਾਂ ਹੋਵੇਗਾ ਤਏ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਵਾਰਨਿੰਗ ਜਾਰੀ ਹੋ ਚੁੱਕੀ ਹੈ ਵੀ ਕਾਫੀ ਤਕੜਾ ਭਾਰੀ ਮੀਂਹ ਪੈ ਸਕਦਾ ਹੈ ਸੋ ਜੇਕਰ ਆਪਾਂ ਮੀਂਹ ਦੀ ਪਹਿਲਾਂ ਗੱਲ ਕਰੀਏ ਜਿਹੜਾ ਮੀਂਹ ਆ ਦੁਪਹਿਰ ਤੋਂ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਲੂ ਹੈ ਸਵੇਰ ਦੇ ਸਮੇਂ ਵੀ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬاندی ਦੇਖਣ ਨੂੰ ਮਿਲੀ ਹੈ ਤੇ ਦੁਪਹਿਰ ਤੋਂ ਲੈ ਕੇ ਜਿਹੜਾ ਰਾਤ ਤੱਕ ਦਾ ਮੌਸਮ ਹੈ ਉਹਦੇ ਵਿੱਚ ਜਿਹੜੇ ਚੇਤਾਵਨੀ ਵਾਲੇ ਜ਼ਿਲ੍ਹੇ ਹਨ ਉਹਨਾਂ ਦੀ ਜੇ ਗੱਲ ਕਰੀਏ ਆਪਾਂ ਫਾਜ਼ਿਲਕਾ ਕਹਿ ਸਕਦੇ ਹਾਂ ਮਾਨਸਾ ਤੇ ਮੁਕਸਰ ਸਾਹਿਬ ਦੇ ਕੁਝ ਭਾਗ ਇਸ ਤੋਂ ਇਲਾਵਾ ਬਰਨਾਲਾ ਹੋ ਗਿਆ ਸੰਗਰੂਰ ਸਰ ਬਠਿੰਡ ਤੇ ਮੋਗਾ ਲੁਧਿਆਣਾ ਜਲੰਧਰ ਪਟਿਆਲਾ ਜਿਹੜੇ ਸਾਰੇ ਜ਼ਿਲ੍ਹੇ ਹੋਣਗੇ ਇਸ ਤੋਂ ਇਲਾਵਾ ਇਲਾਕੇ ਜਿਵੇਂ ਤੂਰੀ ਹੋ ਗਿਆ ਅਮਲੇਰ ਕੋਟਲਾ ਸਮਾਣਾ ਪਾਤੜਾਂ ਤੇ ਆਪਣੇ ਇੱਧਰ ਜਲਾਲਾਬਾਦ ਦਾ ਏਰੀਆ ਹੋ ਗਿਆ ਲਹਿਰਾਗਾਗਾ ਜਿਹੜੇ ਸਾਰੇ ਹੀ ਇਲਾਕੇ ਹੋਣਗੇ ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਸ਼ਾਮ ਤੋਂ ਰਾਤ ਤੱਕ ਭਾਰੀ ਮੀਂਹ ਜਿਹੜਾ ਇਹਨਾਂ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਤੋਂ ਬਿਨਾਂ ਜਿਹੜੇ ਬਾਕੀ ਜ਼ਿਲ੍ਹੇ ਹਨ ਜਿਵੇਂ ਜਲੰਧਰ ਹੋ ਗਿਆ ਤੇ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਦਰਮਿਆਨੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਅਮਰਸਰ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਇਸ ਤੋਂ ਇਲਾਵਾ ਹੋਜੀ ਆਪਣੇ ਨਵਾਂ ਸ਼ਹਿਰ ਹੋ ਗਿਆ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਹਲਕੇ ਤੋਂ ਲੈ ਕੇ ਦਰਮਿਆਨੇ ਤੱਕ ਰਹੇਗਾ ਤੇ ਆਨੰਦਪੁਰ ਸਾਹਿਬ ਦੇ ਕੁਝ ਭਾਗ ਚੰਡੀਗੜ੍ਹ ਹੋ ਗਿਆ ਮੋਹਾਲੀ ਰੂਪਨਗਰ ਏਰੀਆ ਨੰਗਲ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਜਿਹੜਾ ਮੀਂਹ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਰਹੇਗਾ ਪਟਿਆਲਾ ਜ਼ਿਲ੍ਹੇ ਦੇ ਕਈ ਭਾਗਾਂ ਵਿੱਚ ਜਿਹੜੀ ਭਾਰੀ ਵਰਖਾ ਹੁਣ ਦੇਖਣ ਨੂੰ ਮਿਲ ਸਕਦੀ ਹੈ ਰਾਤ ਦੇ ਤੇ ਹੋਰ ਕਿਸਾਨ ਵੀਰਾਂ ਲਈ ਇੱਕ ਮੌਸਮ ਦੇ ਸੰਬੰਧੀ ਜਿਹੜੀ ਇਹ ਜਾਣਕਾਰੀ ਆਈ ਹੈ ਵੀ ਜਿਹੜਾ ਰਾਤ ਦੇ ਸਮੇਂ ਪੰਜਾਬ ਦੇ ਇਲਾਕਿਆਂ ਵਿੱਚ ਜਿਹੜੀ ਕਾਫੀ ਤੇਜ਼ ਹਨੇਰੀ ਚੱਲ ਸਕਦੀ ਹੈ ਜਿਹੜੀ ਰਫ਼ਤਾਰ ਵੀ 25 ਕਿਲੋਮੀਟਰ ਤੋਂ ਲੈ ਕੇ ਲਗਭਗ 60 ਕਿਲੋਮੀਟਰ ਤੱਕ ਕੁਝ ਇਲਾਕਿਆਂ ਵਿੱਚ ਪਹੁੰਚ ਸਕਦੀ ਹੈ ਜਿਹੜੀਆਂ ਤੇਜ਼ ਹਵਾਵਾਂ ਦਾ ਦੌਰ ਹੈ ਲਗਭਗ ਸ਼ਾਮ ਦੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਜਾਰੀ ਰਹੇਗਾ ਸੋ ਇਹ ਸੀ 11 ਮਾਰਚ ਦੇ ਸਬੰਧੀ ਮੌਸਮ ਦੀ ਜਾਣਕਾਰੀ ਜਿਹੜੀ ਸ਼ਾਮ ਤੋਂ ਲੈ ਕੇ ਰਾਤ ਤੱਕ ਦੀ ਤਾਜ਼ਾ ਅਪਡੇਟ ਆਈ ਸੀ ਬਾਕੀ ਲਗਾਤਾਰ ਆਪਾਂ ਕਿਸਾਨ ਵੀਰਾਂ ਲਈ ਮੌਸਮ ਤੇ ਹੋਰ ਸਬਕ ਵੱਖ-ਵੱਖ ਤਰ੍ਹਾਂ ਦੀ ਜਿਹੜੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ ਸੋ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ